ਅਸਲਾਮ ਵਾਲੇਕੁਮ ਦੋਸਤੋ, ਅੱਜ 1 ਅਗਸਤ ਅਸੀਂ ਤਿਲਾਂ ਦੀ ਹਾਰਵੈਸਟਿੰਗ ਕਰਦੇ ਪਏ ਹਾਂ। ਮੈਂ ਆਖਿਆ ਦੋਸਤਾਂ ਦੇ ਨਾਲ ਨਾ ਹਾਰਵੈਸਟਿੰਗ ਦੇ ਹਵਾਲੇ ਨਾਲ ਥੋੜ੍ਹੀ ਜਿਹੀ ਸ਼ੇਅਰ ਕਰ ਲਿਆ ਜਾਵੇ ਕਿ ਇਹ ਸਾਡੀ ਕਰੋਪ ਦੀ ਕੰਡੀਸ਼ਨ ਹੈ ਔਰ ਇਸ ਕੰਡੀਸ਼ਨ 'ਤੇ ਅਸੀਂ ਇਹਨਾਂ ਦੀ ਹਾਰਵੈਸਟ ਕਰਦੇ ਪਏ ਹਾਂ। ਅਤੇ ਕੁਛ ਜਿਹੜੇ ਦੋਸਤ ਬਿਲਕੁਲ ਹੀ ਸਬਜ਼ ਹਾਲਤ ਦੇ ਵਿੱਚ ਤੇਲਾਂ ਦੀ ਹਾਰਵੈਸਟਿੰਗ ਕਰਦੇ ਨੇ, ਫਿਰ ਉਹਨਾਂ ਦੀ ਕੁਆਲਿਟੀ ਜਿਹੜੀ ਹੈ ਉਹ ਡਿਸਟਰਬ ਹੋ ਜਾਂਦੀ ਹੈ, ਸੀਡ ਦੀ ਜਿਹੜੀ ਕੁਆਲਿਟੀ ਹੈ ਉਹ ਠੀਕ ਨਹੀਂ ਆਉਂਦੀ। ਤੋ ਸੋ ਮਾਲੂਮਾਤ ਵਾਸਤੇ ਮੈਂ ਮੁਨਾਸਿਬ ਸਮਝਿਆ ਕਿ ਦੋਸਤਾਂ ਦੇ ਨਾਲ ਹਾਰਵੈਸਟਿੰਗ ਦੇ ਹਵਾਲੇ ਨਾਲ, ਕਿਉਂਕਿ ਬਾਕੀ ਤਾਂ ਕਾਫੀ ਹਵਾਲੇ ਨਾਲ ਜਿਹੜੀਆਂ ਵੀਡੀਓਜ਼ ਹਨ ਉਹ ਨੈੱਟ 'ਤੇ ਮਿਲ ਜਾਂਦੀਆਂ ਔਰ ਮਾਲੂਮਾਤ ਵੀ ਮਿਲ ਜਾਂਦੀ ਹੈ, ਮਗਰ ਦਿੱਲੀ ਦੀ ਹਾਰਵੈਸਟਿੰਗ ਦੇ ਮੁਤਲਕ ਤਕਰੀਬਨ ਕੋਈ ਐਸੀ ਮਾਲੂਮਾਤੀ ਵੀਡੀਓ ਕਮ ਅਜ਼ ਕਮ ਮੈਂ ਤਾਂ ਨੈੱਟ 'ਤੇ ਨਹੀਂ ਵੇਖੀ ਕਿ ਕਿਸੇ ਦੋਸਤ ਨੇ ਹਾਰਵੈਸਟਿੰਗ ਦੇ ਹਵਾਲੇ ਨਾਲ ਕੋਈ ਵੀਡੀਓ ਲਾਈ ਹੋਵੇ ਕਿ ਦਿੱਲੀ ਦੀ ਜਿਹੜੀ ਹਾਰਵੈਸਟਿੰਗ ਹੈ, ਕਟਾਈ ਹੈ, ਉਹ ਕਿਸ ਸਟੇਜ 'ਤੇ ਕਰਨੀ ਚਾਹੀਦੀ ਹੈ। ਤੋ ਸੋ ਮੈਂ ਤੁਹਾਨੂੰ ਵਿਖਾ ਰਿਹਾ ਕਿ ਇਹ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਤੁਹਾਡੀ ਫਸਲ ਇਸ ਕੰਡੀਸ਼ਨ 'ਤੇ ਪਹੁੰਚ ਜਾਵੇ ਕਿ ਬਿਲਕੁਲ ਯੈਲੋ ਹੋ ਜਾਵੇ, ਪੀਲੀ ਹੋ ਜਾਵੇ ਔਰ ਤਲਵੇਂ ਜਿਹੜੇ ਪੱਤੇ ਹਨ ਉਹ ਗਿਰਾਵਣੇ ਸ਼ੁਰੂ ਕਰ ਦੇਵੇ, ਅਤੇ ਉਸ ਟਾਈਮ ਤੁਸੀਂ ਹਾਰਵੈਸਟਿੰਗ ਕਰਨੀ ਹੈ। ਅਗਰ ਤੁਸੀਂ ਸਬਜ਼ ਹਾਲਤ ਦੇ ਵਿੱਚ ਇਸ 'ਤੇ ਹਾਰਵੈਸਟਿੰਗ ਕਰਦੇ ਹੋ ਤਾਂ ਜਿਹੜੀ ਤੁਹਾਡੀ ਸੀਡ ਕੁਆਲਿਟੀ ਹੈ ਉਹ ਖਰਾਬ ਹੋ ਸਕਦੀ ਹੈ, ਤੁਹਾਡੀ ਐਵਰੇਜ ਦਾ ਨੁਕਸਾਨ ਵੀ ਹੋ ਸਕਦਾ ਹੈ। ਠੀਕ ਹੈ, ਜਿੱਥੇ ਫਰਜ਼ ਕਰੋ ਤੁਹਾਡੀ 10 ਮਣ ਆਉਣੀ ਹੈ, ਅਗਰ ਤੁਸੀਂ ਸਬਜ਼ ਕਟਾਈ ਕਰਦੇ ਹੋ ਤੀਲੀ ਦੀ ਸਬਜ਼ ਪੋਜੀਸ਼ਨ ਵਿੱਚ ਤਾਂ ਮੁਮਕਿਨ ਹੈ ਉਹ 8 ਤੋਂ 7 ਮਣ ਆਵੇ, ਤਾਂ 2 ਤੋਂ 3 ਮਣ ਦਾ ਇੱਕ ਤਾਂ ਤੁਹਾਨੂੰ ਲਾਸ ਹੋ ਸਕਦਾ ਹੈ ਔਰ ਉਸ ਤੋਂ ਵੱਡੀ ਜਿਹੜੀ ਹੈ ਉਹ ਸੀਡ ਦੀ ਜਿਹੜੀ ਹੈ ਨਾ ਕੁਆਲਿਟੀ ਤੁਹਾਡੀ ਉਹ ਖਰਾਬ ਹੋ ਜਾਂਦੀ ਹੈ। ਸੋ ਮੈਂ ਇਸ ਹਵਾਲੇ ਨਾਲ ਦੋਸਤਾਂ ਨੂੰ ਮੁਕੰਮਲ ਮਾਲੂਮਾਤ ਦੇ ਰਿਹਾ ਕਿ ਜਦੋਂ ਤੁਹਾਡੀ ਫਸਲ ਬਿਲਕੁਲ ਯੈਲੋ ਹੋ ਜਾਵੇ, ਬਿਹਤਰ ਤਾਂ ਹੈ ਕਿ ਤਕਰੀਬਨ 20 ਤੋਂ 30% ਜਿਹੜੇ ਤਲਵੇਂ ਪੱਤੇ ਹਨ ਜਿਸ ਤਰ੍ਹਾਂ ਤੁਸੀਂ ਇਹ ਵੇਖ ਰਹੇ ਹੋ ਖੇਤ ਦੇ ਵਿੱਚ, ਉਹ ਤੁਹਾਡੀ ਫਸਲ ਗਿਰਾ ਦੇਵੇ, ਉਸ ਵਕਤ ਤੁਹਾਨੂੰ ਕਟਾਈ ਕਰਨੀ ਚਾਹੀਦੀ ਹੈ। ਠੀਕ ਹੋ ਗਿਆ, ਅਤੇ ਫਿਰ ਕਟਾਈ ਕਰਨ ਤੋਂ ਬਾਅਦ ਇਸ ਦੀਆਂ ਛੋਟੀਆਂ ਛੋਟੀਆਂ ਗੱਡੀਆਂ ਬਣਾ ਕੇ ਅਤੇ ਇਸ ਨੂੰ ਖੜ੍ਹਾ ਕਰ ਦੇਣਾ ਚਾਹੀਦਾ ਹੈ। ਅੱਛੀ ਤਰ੍ਹਾਂ ਖੁਸ਼ ਕਰਨ ਤੋਂ ਬਾਅਦ ਫਿਰ ਇਸ ਨੂੰ ਥ੍ਰੈਸ਼ਿੰਗ ਕਰ ਲਓ ਜਾਂ ਹੱਥ ਨਾਲ ਮੈਨੂਅਲ ਛੰਡਾਈ ਕਰ ਲਓ, ਜੋ ਵੀ ਤਰੀਕਾ ਤੁਹਾਨੂੰ ਬੈਸਟ ਲੱਗੇ। ਤੋ ਸੋ ਆਪਣੇ ਦੋਸਤਾਂ ਨਾਲ ਇਹ ਮਾਲੂਮਾਤ ਸਾਂਝੀ ਕੀਤੀ, ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆ ਸੀ। ਠੀਕ ਹੈ ਜੀ। ਇਹ ਜਨਾਬ ਸਾਡੇ ਦੋਸਤ ਹਨ ਜਿਹੜੇ ਕਿ ਕਟਾਈ ਕਰ ਰਹੇ ਹਨ। ਅੱਜ ਮੌਸਮ ਵੀ ਬੜਾ ਪਿਆਰਾ ਹੈ, ਤੋ ਸੋ ਉਮੀਦ ਕਰੇ ਨਾ ਕਿ ਤੁਸੀਂ ਪਸੰਦ ਕਰ ਸੋ। ਬਹਰਹਾਲ ਇਸ ਕੰਡੀਸ਼ਨ ਨੂੰ ਵੇਖ ਲਓ ਕਿ ਜਦੋਂ ਤੁਹਾਡੀ ਫਸਲ ਇਸ ਕੰਡੀਸ਼ਨ 'ਤੇ ਪਹੁੰਚ ਜਾਵੇ ਤਾਂ ਉਸ ਵਕਤ ਤੁਸੀਂ ਹਾਰਵੈਸਟਿੰਗ ਕਰਨੀ ਹੈ। ਕਦੀ ਵੀ ਸਬਜ਼ ਹਾਲਤ ਦੇ ਵਿੱਚ ਤੁਸੀਂ ਫਸਲ ਦੀ ਹਾਰਵੈਸਟਿੰਗ ਨਹੀਂ ਕਰਨੀ। ਸਲਾਮਤ ਰਹੋ।